वाहिगुरु जी का खालसा वाहिगुरु जी की फतेह। एक मुसलमान फकीर की कहानी। कोई भिखारी भीख मंगन आया उस इंसान के कोले। उस इंसान के खीसे दे विच एक दिनार पिया सी, एक सिक्का सी, पर उसने उस भिखारी नूं कहा कि मेरे कोल कुछ भी नहीं है, अगे चले जाओ। फिर पिछों उसनों ख्याल आया कि यह तां पाप हो गया, मैं माड़ा काम कर लिया, मैं झूठ बोल दिता, मेरे कोल एक दिनार सी, एक सिक्का सी। ਤਾਂ ਕਹਿੰਦੇ ਨੇ ਕਿ 40 ਸਾਲਾਂ ਤੱਕ ਜਿੰਨਾ ਚਿਰ ਉਹ ਜਿਉਂਦਾ ਰਿਹਾ ਉਹ ਕੂੜੇ ਮਾਰਦਾ ਰਿਹਾ ਆਪਣੇ ਆਪ ਨੂੰ ਹਰ ਰੋਜ਼ ਸਵੇਰੇ ਉੱਠ ਕੇ, ਕਿਉਂਕਿ ਉਸਨੇ ਇੱਕ ਝੂਠ ਬੋਲਿਆ ਸੀ। ਉਹਦੀ ਬੜੀ ਮਸ਼ਹੂਰੀ ਹੋ ਗਈ, ਦੂਰੋਂ ਦੂਰੋਂ ਲੋਕ ਉਹਦੇ ਕੋਲ ਆਉਣ ਲੱਗੇ। ਉਹ ਅਜਿਹਾ ਮਹਾਤਮਾ ਬਣ ਗਿਆ ਕਿ ਜਿਹਾ ਕਦੀ ਕਿਸੇ ਨੇ ਦੇਖਿਆ ਨਾ ਹੋਵੇ। ਇੰਨਾ ਛੋਟਾ ਜਿਹਾ ਮਾਮਲਾ ਜਿਸ ਬਾਰੇ ਇੰਨਾ ਰੌਲਾ ਪਾਉਣ ਦੀ ਲੋੜ ਵੀ ਨਹੀਂ ਸੀ। ਇਹ ਗੱਲ ਹੀ ਕੋਈ ਵੱਡੀ ਨਹੀਂ ਸੀ, ਪਾਪ ਵੀ ਬਹੁਤਾ ਕੋਈ ਭਾਰੀ ਨਹੀਂ ਸੀ। ਉਂਝ ਵੀ ਲੋਕ ਭਿਖਾਰੀ ਨੂੰ ਬਿਨਾਂ ਕੁਝ ਸੋਚੀ ਸਮਝੇ ਕਹਿ ਹੀ ਦਿੰਦੇ ਨੇ ਕਿ ਇੱਥੋਂ ਚਲਿਆ ਜਾ, ਇੱਥੇ ਕੁਛ ਨਹੀਂ। ਪਰ ਉਸਨੇ 40 ਸਾਲਾਂ ਤੱਕ ਆਪਣੇ ਆਪ ਨੂੰ ਤਸੀਹੇ ਦਿੱਤੇ ਅਤੇ ਵਰਤ ਰੱਖੇ, ਪ੍ਰਾਰਥਨਾਵਾਂ ਕੀਤੀਆਂ, ਪੂਜਾ ਕੀਤੀ, ਤਪੱਸਿਆ ਕੀਤੀ, ਹੱਜ ਕੀਤਾ, ਕੂੜੇ ਮਾਰੇ, ਆਪਣੇ ਆਪ ਨੂੰ ਬੁਰੀ ਤਰ੍ਹਾਂ ਸਤਾਇਆ। ਕਹਿੰਦੇ ਨੇ ਇੱਕ ਰਾਤ ਮਰਨ ਤੋਂ ਇੱਕ ਦਿਨ ਪਹਿਲਾਂ ਉਸਨੇ ਸੁਪਨਾ ਦੇਖਿਆ ਕਿ ਉਹ ਮਰ ਗਿਆ ਹੈ। ਸੁਪਨੇ ਦੇ ਵਿੱਚ ਉਸਨੂੰ ਨਰਕ ਵਿੱਚ ਲਿਜਾਇਆ ਜਾ ਰਿਹਾ ਹੈ। ਉਸਨੇ ਕਿਹਾ ਹੱਦ ਹੋ ਗਈ ਉਸ ਇੱਕ ਗੱਲ ਕਰਕੇ, ਅਤੇ ਗੱਲ ਵੀ ਬਹੁਤੀ ਵੱਡੀ ਨਹੀਂ ਸੀ, ਇਸ ਗੱਲ ਕਰਕੇ ਨਰਕ ਜਾਣਾ ਪਾ ਰਿਹਾ, ਅਤੇ ਇੰਨਾ ਮੈਂ ਖੁਦ ਨੂੰ ਤਸੀਹੇ ਦਿੱਤੀ, ਮਾਰਿਆ ਕੁੱਟਿਆ। ਫਿਰ ਵੀ ਉਸਨੇ ਫਰਿਸ਼ਤਿਆਂ ਨੂੰ ਕਿਹਾ ਕਿ ਪਹਿਲਾਂ ਮੈਨੂੰ ਰੱਬ ਦੇ ਅੱਗੇ ਬੇਨਤੀ ਕਰ ਲੈਣ ਦਿਓ, ਫਿਰ ਮੈਨੂੰ ਨਰਕ ਦੇ ਵਿੱਚ ਲੈ ਜਾਇਓ, ਕਿਉਂਕਿ ਇਹ ਥੋੜ੍ਹੀ ਜ਼ਿਆਦਤੀ ਜਾਪ ਰਹੀ ਹੈ। ਅਤੇ ਲੋਕ ਵੀ ਮੇਰੇ ਕੋਲ ਆ ਕੇ ਕਹਿੰਦੇ ਸਨ, ਜੇ ਤੁਸੀਂ ਇਸ ਛੋਟੇ ਜਿਹੇ ਪਾਪ ਲਈ ਆਪਣੇ ਆਪ ਨੂੰ ਇੰਨਾ ਸਤਾ ਰਹੇ ਹੋ ਤਾਂ ਸਾਡਾ ਕੀ ਬਣੇਗਾ, ਸਾਡਾ ਵੀ ਤਾਂ ਕੁਛ ਖਿਆਲ ਰੱਖੋ। ਦੂਜਿਆਂ ਨੂੰ ਵੀ ਮੇਰੇ 'ਤੇ ਤਰਸ ਆ ਗਿਆ, ਪਰ ਰੱਬ ਨੂੰ ਮੇਰੇ 'ਤੇ ਕੋਈ ਤਰਸ ਨਹੀਂ ਆਇਆ। ਤਾਂ ਕਹਿੰਦੇ ਨੇ ਕਿ ਉਸਨੂੰ ਰੱਬ ਦੇ ਅੱਗੇ ਪੇਸ਼ ਕੀਤਾ ਗਿਆ। ਉਸਨੇ ਬਹੁਤ ਭਾਰੀ ਸ਼ਿਕਾਇਤ ਕੀਤੀ, ਜਿਵੇਂ ਕਿ ਮਹਾਤਮਾ ਗਣ ਹਮੇਸ਼ਾ ਕਰਨਗੇ, ਕਿਉਂਕਿ ਉਹ ਹਮੇਸ਼ਾ ਹਿਸਾਬ ਕਿਤਾਬ ਰੱਖਦੇ ਨੇ ਕੀ ਕੀਤਾ। ਉਸਨੇ ਕਿਹਾ, ਸੁਣੀ ਚੱਲੋ, 40 ਸਾਲਾਂ ਤੱਕ ਇੰਨੇ ਇੰਨੇ ਕੂੜੇ ਹਰ ਰੋਜ਼ ਮਾਰੇ ਹਨ, ਰਮਜ਼ਾਨ ਦੇ ਇੰਨੇ ਰੋਜ਼ੇ ਰੱਖੇ ਹਨ, ਇੱਕ ਦਿਨ ਖਾਂਦਾ ਸੀ, ਇੱਕ ਦਿਨ ਨਹੀਂ ਸੀ ਖਾਂਦਾ, 40 ਸਾਲਾਂ ਤੱਕ ਰਾਤਾਂ ਨੂੰ ਸੁੱਤਾ ਨਹੀਂ, ਰੋਇਆ, ਅਰਦਾਸਾਂ ਕੀਤੀਆਂ, ਜ਼ਮੀਨ 'ਤੇ ਸਰਕ ਸਰਕ ਕੇ ਹੱਜ ਦੀ ਯਾਤਰਾ ਕਰਕੇ ਆਇਆ, ਗੋਡੇ ਛਿੱਲੇ ਗਏ, ਸਰੀਰ ਅਪੰਗ ਹੋ ਗਿਆ, ਅਤੇ ਪਾਪ ਮੈਂ ਬਹੁਤਾ ਵੱਡਾ ਕੀਤਾ ਨਹੀਂ ਸੀ, ਬਸ ਇੰਨਾ ਹੀ ਸੀ ਕਿ ਭਿਖਾਰੀ ਨੂੰ ਹੱਦ ਹੋ ਗਈ। ਉਹ ਵੀ ਬਦਕਿਸਮਤੀ ਦੀ ਘੜੀ ਸੀ, ਪਤਾ ਨਹੀਂ ਉਹ ਕਿੱਥੋਂ ਆ ਗਿਆ, ਜ਼ਿੰਦਗੀ ਡੋਬ ਦਿੱਤੀ, ਅਤੇ ਹੁਣ ਮੈਂ ਨਰਕ ਨੂੰ ਜਾ ਰਿਹਾ। ਰੱਬ ਨੇ ਕਿਹਾ, ਉਸਦੀ ਮੈਂ ਪਰਵਾਹ ਨਹੀਂ ਕਰਦਾ ਕਿ ਤੂੰ ਉਸ ਭਿਖਾਰੀ ਨੂੰ ਕੀ ਕਿਹਾ ਸੀ, ਪਰ ਤੂੰ ਰੌਲਾ ਬਹੁਤ ਪਾਇਆ, ਉਹ ਗੱਲ ਮਾਫ਼ ਹੋ ਸਕਦੀ ਸੀ, ਪਰ ਜੋ ਤੂੰ 40 ਸਾਲ ਕੀਤਾ ਉਸਨੂੰ ਮਾਫ਼ ਕਰਨ ਦਾ ਕੋਈ ਤਰੀਕਾ ਨਹੀਂ ਹੈ। ਭੁੱਲ ਕਿਸ ਕੋਲੋਂ ਨਹੀਂ ਹੁੰਦੀ, ਭੁੱਲਾਂ ਮਾਫ਼ ਹੋ ਜਾਂਦੀਆਂ ਨੇ, ਪਰ ਤੂੰ ਮਾਫ਼ੀ ਨਹੀਂ ਮੰਗਣਾ ਚਾਹੁੰਦਾ ਸੀ, ਇਸ ਲਈ ਤੂੰ ਇਹ ਸਭ ਕੁਛ ਕੀਤਾ, ਇਸ ਲਈ ਤੂੰ ਇਹ ਟਕਵਾਂਝ ਰਚੇ। ਘਬਰਾਹਟ ਵਿੱਚ ਉਸ ਇਨਸਾਨ ਦੀ ਨੀਂਦ ਖੁੱਲ੍ਹ ਗਈ, ਜਦੋਂ ਮੌਤ ਤੋਂ ਇੱਕ ਦਿਨ ਪਹਿਲਾਂ ਉਹ ਇਹ ਸੁਪਨਾ ਦੇਖ ਰਿਹਾ ਸੀ। ਉਹ ਭਰੋਸਾ ਨਾ ਕਰ ਸਕਿਆ ਕਿ ਇਹ ਕਿਹੋ ਜਿਹਾ ਸੁਪਨਾ ਹੈ। ਪੂਰੇ ਜੀਵਨ ਦੀ ਗੱਲ ਸਪਸ਼ਟ ਹੋ ਗਈ। ਇਸ ਗੱਲ ਨੂੰ ਥੋੜ੍ਹਾ ਜਿਹਾ ਸਮਝ ਲਈਏ, ਆਪਣੇ ਪਾਪ ਸਾਨੂੰ ਨਹੀਂ ਡੁਬਾਉਂਦੇ, ਸਾਡੇ ਨੇਕ ਬਣਨ ਦੀ ਕੋਸ਼ਿਸ਼ ਸਾਨੂੰ ਡੁਬੋਏਗੀ। ਅਸਲ ਵਿੱਚ ਪਾਪ ਦੇ ਉਲਟ ਪੁੰਨ ਕਰਨ ਦੀ ਚੇਸ਼ਟਾ ਹਮੇਸ਼ਾ ਇਸ ਗੱਲ ਦੀ ਚੇਸ਼ਟਾ ਕਿ ਮੈਂ ਤੇਰੇ ਤੋਂ ਮਾਫ਼ੀ ਨਹੀਂ ਮੰਗਾਂਗਾ। ਮੇਰੇ ਮਾਫ਼ੀ ਮੰਗਣ ਵਿੱਚ ਵੀ ਮਾਫ਼ੀ ਮੰਗਣ ਵਾਲਾ ਭਾਵ ਨਹੀਂ ਹੈ। ਮੈਂ ਬੁਰਾ ਕੀਤਾ ਹੈ, ਹਾਂ ਮੈਂ ਮੰਨਦਾ, ਪਰ ਮੈਂ ਤੇਰੇ ਤੋਂ ਮਾਫ਼ੀ ਨਹੀਂ ਮੰਗਾਂਗਾ, ਮੈਂ ਆਪੇ ਠੀਕ ਕਰ ਲਵਾਂਗਾ। ਪਰ ਮੈਂ ਮੌਜੂਦ ਰਹਾਂਗਾ ਕਿਉਂਕਿ ਮੈਂ ਮਾਲਕ ਹਾਂ, ਮੈਂ ਬੁਰਾ ਕੀਤਾ ਤਾਂ ਮੈਂ ਚੰਗਾ ਵੀ ਕਰ ਲਵਾਂਗਾ, ਪਰ ਤੇਰੇ ਤੋਂ ਕੁਛ ਨਹੀਂ ਮੰਗਾਂਗਾ, ਤੇਰੇ ਅੱਗੇ ਮੇਰੀ ਕੋਈ ਅਰਜੋਈ ਨਹੀਂ, ਪ੍ਰਾਰਥਨਾ ਨਹੀਂ। ਆਪਾਂ ਪ੍ਰਾਰਥਨਾ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਾਂ, ਜੇ ਆਪਾਂ ਪ੍ਰਾਰਥਨਾ ਤੋਂ ਭੱਜ ਰਹੇ ਹਾਂ ਤਾਂ ਫਿਰ ਔਖਾ ਹੈ। ਕਿਸੇ ਵੀ ਇਨਸਾਨ ਤੋਂ ਦੋ ਸ਼ਬਦਾਂ ਦੇ ਵਿੱਚ ਮਾਫ਼ੀ ਮੰਗ ਲੈਣ ਦੇ ਨਾਲ ਕੋਈ ਇਨਸਾਨ ਛੋਟਾ ਨਹੀਂ ਹੁੰਦਾ, ਸਗੋਂ ਕੱਦ ਵੱਡਾ ਹੁੰਦਾ ਤੁਹਾਡਾ। ਹਾਂ ਮੈਂ ਗਲਤੀ ਕੀਤੀ ਹੈ, ਮੇਰੇ ਤੋਂ ਗਲਤੀ ਹੋਈ ਹੈ, ਮੈਨੂੰ ਮਾਫ਼ ਕਰ ਦਿਓ, ਇਹ ਕਹਿਣ 'ਚ ਸਾਡਾ ਕੀ ਜਾਂਦਾ ਹੈ। ਪਰ ਜਦੋਂ ਆਪਣੀ ਧੌਣ ਦੇ ਵਿੱਚ ਕਿੱਲਾ ਹੋਵੇ, ਉਸਦੀ ਮਾਫ਼ੀ ਪਰਮਾਤਮਾ ਵੀ ਨਹੀਂ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।